रिक्वेस्ट करूंगा हमारे बीच प्रोफेसर दविंदर सिंह जी ताडे बीच आ चुके ने, ते मैं उन्हां नूं बेनती करांगा कि 5 मिनट वास्ते अपने बड़बूले विचार इधर आओ प्लीज, इधर आओ अपने बड़बूले विचार साडे विच रखांगे। ते जिन्नी भी संगत बैठी है बेनती है जदों भी कोई स्पीकर आउंदा है तां उहदे स्वागत विच उहदे रिस्पैक्ट दे विच पहला रिस्क है बाद ही जीव पैदा होता है। तो रिस्क कुदरत के द्वारा
ਸਾਨੂੰ ਹੁਕਮ ਦੀ ਮੈਨੀਫੈਸਟੇਸ਼ਨ ਇਹ ਕੌਸਮਿਕ ਲਾਅ ਹੈ ਉਹ ਸਾਡੇ ਜ਼ਰੇ ਜ਼ਰੇ 'ਚ ਵਸ ਰਿਹਾ ਅਤੇ ਜਿਹੜਾ ਰਿਸਕ ਹੈ ਸਾਡਾ ਜਿਹੜਾ ਸਾਡੇ ਜਨਮ ਤੋਂ ਪਹਿਲਾਂ ਪ੍ਰੋਵੀਜ਼ਨ ਹੈ ਸਾਡੇ ਲਈ ਉਹ ਹੁਕਮ ਕਾਰਨ ਹੀ ਪ੍ਰਗਟ ਹੋਇਆ ਹੋਇਆ ਹੁਣ ਇਸ ਰਿਸਕ ਉੱਤੇ ਕਾਬਜ਼ ਕੌਣ ਹੈ ਜੇ ਕੋਈ ਬੰਦਾ ਕਾਬਜ਼ ਹੈ ਤਾਂ ਉਸਨੂੰ ਤੁਸੀਂ ਕਹਿ ਸਕਦੇ ਹੋ ਪ੍ਰੀਸਟਲੀ ਕਿੰਗਡਮ ਔਰ ਮੋਨਾਰਕਲ ਕਿੰਗਡਮ ਜਾਂ ਤੁਸੀਂ ਕਹਿ ਸਕਦੇ ਹੋ ਫੈਡਰਲਿਜ਼ਮ ਜਾਂ ਤੁਸੀਂ ਕਹਿ ਸਕਦੇ ਹੋ ਕਾਰਪੋਰੇਟ ਸਟੇਟ ਜਾਂ ਸਟੇਟ ਕਾਰਪੋਰੇਟ ਜਾਂ ਬੈਂਕਰਸ ਇਹਦੇ ਕਿਤਨੇ ਕਿਤਨੇ ਰੂਪ ਆ ਗਏ ਜਿਹੜੇ ਕਿ ਰਿਸਕ ਦੇ ਉੱਤੇ ਕਬਜ਼ਾ ਕਰਕੇ ਹੀ ਉਹ ਵੱਡੀਆਂ ਵੱਡੀਆਂ ਸ਼ਕਲਾਂ ਧਾਰਨ ਕਰਦੇ ਦੂਜੇ ਚੋਂ ਮੈਨੂੰ ਪਤਾ ਅੱਜ ਤੋਂ 20-25 ਸਾਲ ਪਹਿਲਾਂ ਬਿਲ ਗੇਟਸ ਦੀ ਬੜੀ ਤਾਰੀਫ ਹੋ ਰਹੀ ਸੀ ਵਾਟ ਇਜ਼ ਬਿਲ ਗੇਟਸ ਦੁਨੀਆਂ ਦਾ ਸਭ ਤੋਂ ਵੱਡਾ ਪਾਇਲਟ ਜਿਹੜੇ ਸਾਡੇ ਬੀਜ ਕੁਦਰਤ ਨੇ ਹਜ਼ਾਰਾਂ ਸਾਲਾਂ ਲੱਖਾਂ ਸਾਲਾਂ ਤੋਂ ਡਿਵੈਲਪ ਕੀਤੇ ਆ ਐਂਡ ਦੈਟ ਬਲੈਂਡਫੁੱਲ ਇਜ਼ ਪੇਟੈਂਟਿੰਗ ਦੈਮ ਅਤੇ ਜਿਹੜੀ ਬਲੈਂਡਫੁੱਲ ਸਟੇਟ ਹੈਗੀ ਆ ਉਸ ਨੂੰ ਪੇਟੈਂਟ ਦੇ ਰਹੀ ਆ ਸ਼ਰਮ ਦੀ ਗੱਲ ਕਹਿੰਦੇ ਆ ਕਿ ਗਿਆਨ ਬਹੁਤ ਵੱਧ ਗਿਆ ਦਿਸ ਇਜ਼ ਟੋਟਲੀ ਐਂਟੀ ਸਾਇੰਸ ਦਿਸ ਇਜ਼ ਫੇਕ ਸਾਇੰਸ ਐਂਡ ਇਹ ਪੂਰਾ ਧੋਖਾ ਦੁਨੀਆਂ ਦੇ ਨਾਲ ਹੁਣ ਮੈਂ ਤੁਹਾਡੀ ਗੱਲ ਮਹਾਰਾਜ ਕਹਿੰਦੇ ਆ ਹੱਕ ਬੁਰਾਇਆ ਨਾਨਕਾ ਉਸ ਸੋਲ ਸਿਖਾਇਆ ਆਪਾਂ ਕਹਿੰਦੇ ਹਾਂ ਹੁਣ ਜਿਹੜੀ ਸਟੇਟ ਨੇ ਕਬਜ਼ਾ ਕੀਤਾ ਹੈ ਹਿਊਮਨ ਰਿਸੋਰਸਿਸ ਦੇ ਜਿਹੜਾ ਕਿ ਰਿਸਕ ਹੈ ਤਾਂ ਉਹ ਸਟੇਟ ਹੈ ਜਿਹੜੀ ਉਹ ਮੁਰਦਾਰ ਨੂੰ ਮੈਨੇਜ ਕਰ ਰਹੀ ਆ ਅਤੇ ਉਸ ਮੁਰਦਾਰ ਦੀ ਮੈਨੇਜਮੈਂਟ ਨੂੰ ਕੰਟਰੋਲ ਕਰਨ ਲਈ ਉਹਨਾਂ ਨੇ ਬਕਾਇਦਾ ਜੁਡੀਸ਼ਲ ਸਿਸਟਮ ਖੜਾ ਕੀਤਾ ਵਿਚ ਇਜ਼ ਨਾਟ ਜੁਡੀਸ਼ਲ ਸਿਸਟਮ ਐਟ ਆਲ ਉਹ ਤੁਹਾਨੂੰ ਕਾਬੂ ਕਰਨ ਲਈ ਇੱਕ ਯੰਤਰ ਬਣਾਇਆ ਹੋਇਆ ਇਹ ਸਾਰੀ ਜਿਤਨੀ ਵੀ ਗਵਰਨੈਂਸ ਹੈ ਇਹ ਮੁਰਦਾਰ ਨੂੰ ਗਵਰਨ ਕਰਨ ਲਈ ਬਣਾਈ ਗਈ ਹੈ ਅਤੇ ਕਹਿੰਦਾ ਡੈਮੋਕ੍ਰੇਸੀ ਦਿਸ ਇਜ਼ ਪੋਲੀਟੀਕਲ ਪਾਰਟੀ ਪਾਰਲੀਮੈਂਟਰੀ ਰੈਪਰੈਜੈਂਟੇਟਿਵ ਸਿਸਟਮ ਕੋਈ ਵੀ ਰੈਪਰੈਜੈਂਟੇਟਿਵ ਸਿਸਟਮ ਡੈਮੋਕ੍ਰੇਸੀ ਨਹੀਂ ਹੋ ਸਕਦਾ ਜਦ ਤੱਕ ਇਹ ਡੀਸੈਂਟਰਲਾਈਜ਼ ਹੋ ਕੇ ਪਾਰਟਿਸਪੇਟਿਵ ਤਰੀਕੇ ਨਾਲ ਇੱਕ ਵਿਲੇਜ ਲੈਵਲ ਤੇ ਜਾਂ ਹੈਬੀਟੈਂਟ ਲੈਵਲ ਤੇ ਇਹ ਇੱਕ ਗਵਰਨੈਂਸ ਦਾ ਅਟੋਨਮਸ ਯੂਨਿਟੀ ਬਣ ਜਾਂਦਾ ਉਦੋਂ ਤੱਕ ਕੋਈ ਚੀਜ਼ ਡੈਮੋਕ੍ਰੇਸੀ ਨਹੀਂ ਕਰ ਸਕਦੀ ਮਜ਼ਾਕ ਸਮਝਿਆ ਹੋਇਆ ਸਾਨੂੰ ਗਲਤ ਐਜੂਕੇਸ਼ਨ ਦੇ ਦੇ ਕੇ ਸਾਡਾ ਸੱਤਿਆਨਾਸ ਕੀਤਾ ਸਾਡੇ ਬਜ਼ੁਰਗਾਂ ਦਾ ਅਤੇ ਸਾਡੇ ਬੱਚਿਆਂ ਦਾ ਸੱਤਿਆਨਾਸ ਜਦੋਂ ਤੱਕ ਅਸੀਂ ਆਪਣੀ ਪੱਤ ਦੇ ਆਪ ਰਾਖੇ ਨਹੀਂ ਬਣਦੇ ਰਿਸਕ ਤੁਹਾਨੂੰ ਕੁਦਰਤ ਨੇ ਦਿੱਤਾ ਕਿਸੇ ਸਟੇਟ ਨੇ ਨਹੀਂ ਦਿੱਤਾ ਕਿਸੇ ਬੰਦੇ ਨੇ ਦਿੱਤਾ ਹੋਇਆ ਤੁਹਾਡਾ ਸਭ ਦਾ ਹੱਕ ਹੈ ਅਤੇ ਵੁਮੈਨ ਦਾ ਹਿਊਮਨ ਰਾਈਟਸ ਵੁਮੈਨ ਦਾ ਹਿਊਮਨ ਰਾਈਟਸ ਉਦੋਂ ਬਣਦਾ ਜਦੋਂ ਕਿ ਉਸਨੂੰ ਮੁਕਤ ਰਿਜ਼ਕ ਮਿਲੇਗਾ ਜਿਵੇਂ ਕਿ ਬੰਦੇ ਨੂੰ ਮੁਕਤ ਰਿਜ਼ਕ ਮਰਦ ਨੂੰ ਮੁਕਤ ਰਿਜ਼ਕ ਮਿਲਿਆ ਔਰਤ ਨੂੰ ਮੁਕਤ ਰਿਜ਼ਕ ਮਿਲੇ ਜੋ ਕੁਦਰਤ ਦਿੰਦੀ ਹੈ ਤਾਂ ਹਿਊਮਨ ਰਾਈਟਸ ਵਾਇਲੇਸ਼ਨ ਕਿੱਥੇ ਹੋਏਗੀ ਅਤੇ ਇਹਨਾਂ ਨੇ ਤਾਂ ਸਾਡੇ ਰਿਸਕ ਨੂੰ ਪ੍ਰੋਪਰਟੀ ਸਿਸਟਮ ਬਣਾ ਲਿਆ ਅਗਰ ਕੋਈ ਕਮਨ ਸਟੇਟ ਆਉਂਦੀ ਆ ਉਹ ਵੀ ਸਟੇਟ ਲੈਂਡ ਡਿਕਲੇਅਰ ਕਰਦੀ ਆ ਅਗਰ ਕੈਪੀਟਲ ਸਟੇਟ ਆਉਂਦੀ ਆ ਉਹ ਵੀ ਲੈਂਡ ਨੂੰ ਸਟੇਟ ਲੈਂਡ ਡਿਕਲੇਅਰ ਕਰਦੀ ਆ ਇਹਨਾਂ ਨੇ ਮਜ਼ਾਕ ਸਮਝਿਆ ਕੁਦਰਤ ਨੇ ਜਿਹੜਾ ਮਾਂ ਦੇ ਪੇਟੋਂ ਜਨਮ ਲੈਂਦਾ ਹੈ ਸਿਰਫ ਰਿਸਕ ਦਾ ਹੱਕ ਉਸਨੂੰ ਦਿੱਤਾ ਜਿਹੜੀ ਸਟੇਟ ਹੈ ਉਹ ਮਾਂ ਦੇ ਪੇਟੋਂ ਨਹੀਂ ਜਨਮੀ ਉਹ ਕਾਗਜ਼ ਵਿੱਚੋਂ ਜਨਮੀ ਹੋਈ ਆ ਪੇਪਰ ਉਹ ਇੱਕ ਅਫਸਾਨਾ ਹੈ ਉਹ ਇੱਕ ਕਲਪਨਾ ਇਸਦੇ ਬਾਰੇ ਗੁਰਬਾਣੀ ਬਹੁਤ ਕੁਛ ਕਿਹਾ ਗਿਆ ਕਿਉਂ ਕਹਿੰਦੇ ਨੇ ਰਾਜੇ ਸ਼ੀਨ ਕਦਮ ਉੱਤੇ ਕਿਉਂਕਿ ਮੁਰਦਾਰ ਦੀ ਗਵਰਨੈਂਸ ਹੋ ਗਈ ਹੈ ਸਾਰੀ ਜਿਹੜਾ ਮੁਰਦਾਰ ਉੱਤੇ ਰਾਜ ਕਰੇਗਾ ਉਸਨੇ ਫਿਰ ਮੁਕੱਦਮ ਕੁੱਤੇ ਦਾ ਪਾਉਣ ਲਈ ਆ ਭਾਵੇਂ ਜੁਡੀਸ਼ਰੀ ਆ ਤੇ ਭਾਵੇਂ ਉਹ ਲੈਜਿਸਲੇਚਰ ਆ ਭਾਵੇਂ ਉਹ ਐਗਜ਼ੈਕਟਿਵ ਭਾਵੇਂ ਕੁਛ ਵੀ ਹੈ ਅਸੀਂ ਉਹ ਵਿਦਿਆ ਕਾਰਨ ਆਪਣੇ ਹਿਊਮਨ ਰਾਈਟਸ ਆ ਗਵਾ ਰਹੇ ਹਾਂ ਤੇ ਆਪਣੀ ਜਿਹੜੀ ਪੱਤ ਜਿਉਣ ਦੀ ਪੱਤ ਹੈ ਜਿਹੜੀ ਉਹ ਜਦ ਤੱਕ ਅਸੀਂ ਵਿਦਿਆ ਧਰਮ ਦੀ ਨਹੀਂ ਲੈਂਦੇ ਕਿਹੜੇ ਧਰਮ ਦੀ ਜਿਹੜਾ ਗੁਰਬਾਣੀ ਵਿੱਚ ਸ੍ਰਿਸ਼ਟੀ ਦਾ ਧਰਮ ਕਿਹਾ ਗਿਆ ਧਰਮ ਖੰਡ ਗਏ ਉਹ ਧਰਮ ਗਿਆਨ ਖੰਡ ਕਾ ਆਖੋ ਕਰਮ ਜੋ ਕੁਦਰਤ ਦਾ ਕਰਮ ਹੈ ਉਹ ਸਾਡੇ ਲਈ ਧਰਮ ਹੈ ਅਤੇ ਉਸਦਾ ਗਿਆਨ ਹੈ ਜਿਹੜਾ ਉਸਨੂੰ ਅਸੀਂ ਕਰਮ ਖੰਡ ਕਹਿੰਦੇ ਉਹ ਸਾਡੇ ਲਈ ਹੈ ਅੱਗੇ ਕਰਮ ਜਿਸ ਦੀ ਅਸੀਂ ਅਮਲਦਾਰੀ ਕਰਨੀ ਹੈ ਅਤੇ ਸਾਇੰਸ ਕੀ ਕਰ ਰਹੀ ਹੈ ਜਿਹੜੀ ਪਿਓਰ ਸਾਇੰਸ ਹੈ ਉਹ ਇਹੀ ਕੁਛ ਕਰ ਰਹੀ ਹੈ ਜਿਹੜੀ ਫੇਕ ਸਾਇੰਸ ਆ ਜਿਹੜੀ ਕਿ ਸਾਡੇ ਤੇ ਇੰਪੋਜ਼ ਕੀਤੀ ਗਈ ਆ ਉਹ ਇੱਕ ਵੱਖਰੀ ਗੱਲ ਹੈ ਸੋ ਮੈਂ ਬੇਨਤੀ ਕਰਦਾ ਕਿ ਜਿੰਨੀਆਂ ਵੀ ਵਾਇਲੇਸ਼ਨਸ ਹੈਗੀਆਂ ਉਹ ਬੜੀ ਸਿੱਧੀ ਜਿਹੀ ਗੱਲ ਆ ਮੇਰਾ ਖਿਆਲ ਆ ਹੁਣ ਮੈਨੂੰ ਕੁਛ ਮੈਮਰੀ ਦੀ ਗੜਬੜ ਹੈ ਉਮਰ ਹੋ ਗਈ ਐਨਾ ਕਹਿ ਕੇ ਤੋ ਜਿਹੜਾ ਬੁਨਿਆਦੀ ਰੂਪ ਕਰਨਾ ਧਰਮ ਦਾ ਉਹ ਇਹ
ਜਾਂ ਕਹਿੰਦੇ ਆ ਧਰਮ ਬਿਨਾ ਨਹਿਰ ਰਾਹ ਚੱਲੇ ਹੈ, ਧਰਮ ਬਿਨਾ ਨਹਿਰ ਰਾਹ ਚੱਲੇ ਹੈ। ਸ੍ਰਿਸ਼ਟੀ ਦਾ ਧਰਮ ਹੈ ਜਿਹੜਾ ਉਹਦੇ ਹੁਕਮ ਸਮਾਇਆ ਹੋਇਆ, ਕੁਦਰਤੀ ਭਲਿਆ ਨੇ ਵਸਿਆ ਨਾ, ਤੋ ਉਸ ਰਾਜ ਤੋਂ ਬਿਨਾ, ਉਸ ਧਰਮ ਦੇ ਤੋਂ ਬਿਨਾ ਸ੍ਰਿਸ਼ਟੀ ਦਾ ਰਾਜ ਨਹੀਂ ਚੱਲ ਸਕਦਾ। ਤੇ ਤੁਸੀਂ, ਅਸੀਂ ਸ੍ਰਿਸ਼ਟੀ ਦੇ ਅੰਗ, ਅਸੀਂ ਤੁਸੀਂ ਕੁਦਰਤ ਦੇ ਅੰਸ਼ ਹੈ, ਇਸ ਕਰਕੇ ਧਰਮ ਤੋਂ ਬਿਨਾ ਇਹ ਸਰੀਰ ਦਾ ਰਾਜ ਨਹੀਂ ਚੱਲਦਾ। ਇਸ ਨੂੰ ਹਵਾ ਚਾਹੀਦੀ ਹੈ, ਪਾਣੀ ਚਾਹੀਦਾ, ਖੁਰਾਕ ਚਾਹੀਦਾ, ਉਹਨੂੰ ਰਿਸਕ ਚਾਹੀਦਾ, ਕਿੱਥੋਂ ਆਉਣਾ? ਇਹ ਸ੍ਰਿਸ਼ਟੀ ਦੇ ਧਰਮ ਤੋਂ ਆਉਣਾ। ਮਹਾਰਾਜ ਗੁਰਬਾਣੀ ਦਾ ਫਲਸਫਾ ਤੁਹਾਨੂੰ ਸਾਨੂੰ ਮੁਕਤ ਕਰਦਾ ਹੈ, ਆਪ ਮੁਕਤ ਹੈ, ਸੰਸਾਰ ਨੂੰ ਮੁਕਤ ਕਰਦਾ। ਗੁਰ ਆਪ ਮੁਕਤ ਹੈ, ਉਹ ਗੁਰ ਦਾ ਗਿਆਨ ਜਦੋਂ ਸਾਨੂੰ ਹਾਸਲ ਹੁੰਦਾ ਤੇ ਅਸੀਂ ਵੀ ਮੁਕਤ ਹੋ ਜਾਂਦੇ। ਜਦ ਮੈਂ ਨਹੀਂ ਕਹਿੰਦਾ ਕਿ ਤੁਸੀਂ ਇੱਕਦਮ ਤੁਸੀਂ ਅਸੀਂ ਪਲਟਾ ਲਿਆ ਸਕਦੇ ਹਾਂ, ਪਰ ਨਹੀਂ, ਪਰ ਇਹ ਮਨ ਚ ਗੱਲ ਬਿਠਾ ਲੈਣੀ ਚਾਹੀਦੀ ਆ। ਜਿਹੜਾ ਧਰਮ ਨਿਰਪੱਖ, ਧਰਮ ਨਿਰਪੱਖ ਕਰ ਰਿਹਾ ਗੱਲ, ਉਹ ਹੈਗੀ ਆ ਰਿਲੀਜਨ ਨਾਲ ਧਰਮ। ਧਰਮ ਨਾਲ ਕੋਈ ਤਾਂ ਲੱਗੀ, ਧਰਮ ਤੋਂ ਕੋਈ ਨਿਰਪੱਖ ਨਹੀਂ ਹੋ ਸਕਦਾ, ਤੇ ਕੋਈ ਨਾਸਤਿਕ ਨਹੀਂ ਹੋ ਸਕਦਾ, ਕੋਈ ਆਸਤਕ ਨਹੀਂ ਹੋ ਸਕਦਾ, ਕਿਉਂਕਿ ਧਰਮ ਕਿਸੇ ਖਾਸ ਇਸਤਰੀ ਚ ਵਿਸ਼ਵਾਸ ਨਹੀਂ ਕਰਦਾ। ਧਰਮ ਨੇ ਕੋਈ ਇਸਤਰੀ ਹੈਗਾ, ਧਰਮ ਸ੍ਰਿਸ਼ਟੀ ਦੇ ਵਿੱਚ ਵਿਆਪਿਆ ਹੋਇਆ ਹੁਕਮ ਦਾ ਰਾਜ ਹੈ ਜਿਹੜਾ ਉਸਨੂੰ ਸੰਬੋਧਿਤ ਹੈ। ਇਹ ਜਗਿਆਸਾ ਦਾ ਰਸਤਾ, ਇਹ ਬਿਲੀਫ ਸਿਸਟਮ ਨਹੀਂ ਹੈਗਾ। ਇੰਨਾ ਕਹਿ ਕੇ ਆਗਿਆ ਮੰਗਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਪ੍ਰੋਫੈਸਰ ਦਵਿੰਦਰ ਸਿੰਘ ਜੀ